Beanie. ਸੜਕ ਤੇ ਉਦੋਂ ਹਾਹਾਕਾਰ ਮੱਚ ਗਈ ਜਦੋਂ ਇੱਕ ਖੜੀ ਗੱਡੀ ਦੇ ਵਿੱਚ ਪਿੱਛੋਂ ਆਣ ਕੇ ਤੇਜ਼ ਰਫ਼ਤਾਰ ਦੇ ਨਾਲ ਟਰੱਕ ਨੇ ਟੱਕਰ ਮਾਰ ਦਿੱਤੀ। ਗੱਡੀ ਦੇ ਵਿੱਚ ਬੱਚਿਆਂ ਸਣੇ ਪਰਿਵਾਰ ਬੈਠਾ ਹੋਇਆ ਸੀ ਤੇ ਕਾਰ ਸੜਕ ਦੇ ਕੰਢੇ ਤੇ ਖੜੀ ਸੀ। ਪਿੱਛੋਂ ਤੇਜ਼ ਰਫ਼ਤਾਰ ਇਸ ਸਿਲੰਡਰਾਂ ਦਾ ਭਰਿਆ ਟਰੱਕ ਆਇਆ ਅਤੇ ਜ਼ੋਰ ਨਾਲ ਇਸ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ, ਜਿਸ ਕਰਕੇ ਗੱਡੀ ਦਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ। ਪਿੱਛੋਂ ਸਾਰੀ ਗੱਡੀ ਚਕਨਾ ਚੂਰ ਹੋ ਗਈ ਹੈ। ਗਨੀਮਤ ਰਹੀ ਹੈ ਕਿ ਜੋ ਇਸ ਕਾਰ ਦੇ ਵਿੱਚ ਪਰਿਵਾਰ ਬੈਠਾ ਸੀ ਉਹ ਸਹੀ ਸਲਾਮਤ ਹੈ। ਮਾਮੂਲੀ ਸੱਟਾਂ ਲੱਗੀਆਂ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਥੇ ਵੀ ਦੱਸਿਆ ਜਾ ਰਿਹਾ ਕਿ ਟਰੱਕ ਚਾਲਕ ਸ਼ਰਾਬ ਦੇ ਨਾਲ ਰਚਿਆ ਹੋਇਆ ਸੀ ਤੇ ਇਸਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ, ਜਿਸਨੇ ਖੜੀ ਕਾਰ ਦੇ ਵਿੱਚ ਹੀ ਪਿੱਛੋਂ ਲਿਆ ਕੇ ਤੇਜ਼ ਰਫ਼ਤਾਰ ਦੇ ਨਾਲ ਟਰੱਕ ਮਾਰ ਦਿੱਤਾ। ਇਸ ਤੋਂ ਬਾਅਦ ਇਹ ਟਰੱਕ ਚਾਲਕ ਉੱਥੋਂ ਫਰਾਰ ਹੋ ਗਿਆ। ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਟਰੱਕ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਦਸਾ ਗੁਰਦਾਸਪੁਰ ਦੇ ਹਨੂਮਾਨ ਚੌਂਕ ਦੇ ਵਿੱਚ ਵਾਪਰਿਆ ਹੈ, ਜਿੱਥੇ ਇੱਕ ਸਿਲੰਡਰਾਂ ਨਾਲ ਭਰਿਆ ਹੋਇਆ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਟਰੱਕ ਸੜਕ ਕੰਢੇ ਖੜੀ ਇੱਕ ਗੱਡੀ ਦੇ ਵਿੱਚ ਜਾ ਵੱਜਦਾ ਹੈ, ਜਿਸ ਵਿੱਚ ਪੂਰਾ ਪਰਿਵਾਰ ਬੈਠਾ ਹੁੰਦਾ ਹੈ। ਬੱਚੇ ਵੀ ਮੌਜੂਦ ਹੁੰਦੇ ਨੇ। ਗਨੀਮਤ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟੱਕਰ ਲੱਗਣ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇੱਥੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਸ਼ਰਾਬ ਦੇ ਨਾਲ ਰਚਿਆ ਹੋਇਆ ਸੀ ਅਤੇ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਹਾਦਸੇ ਤੋਂ ਬਾਅਦ ਸੜਕ ਵਿਚਾਲੇ ਬਹਿਸਬਾਜ਼ੀ ਵੀ ਹੁੰਦੀ ਨਜ਼ਰ ਆਈ ਹੈ। ਆਪਸ ਦੇ ਵਿੱਚ ਇਹ ਬਹਿਸ ਤੇ ਨਜ਼ਰ ਆਏ ਨੇ ਜਿੱਥੇ ਟੱਕਰ ਹੋਈ ਹੈ, ਤੇ ਜੋ ਪਰਿਵਾਰ ਇਸ ਕਾਰ ਦੇ ਵਿੱਚ ਬੈਠਾ ਸੀ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਟਰੱਕ ਡਰਾਈਵਰ ਨੂੰ ਫੜਿਆ ਜਾਏ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਭਾਜੀ ਕੀ ਗਾਰੀ ਗੱਲ ਹੋਈ ਆ? ਹਨੂਮਾਨ ਚੌਂਕ 'ਚ ਉੱਥੇ ਗੱਡੀ ਖਲੋਤੀ, ਪੂਰੀ ਸਾਈਡ ਦੇ ਥੱਲੇ ਕਰਕੇ ਖਿਲਾਰੀ, ਟਰੱਕ ਵਾਲਾ ਆਇਆ, ਇਹਨੇ ਬਹੁਤ ਜ਼ਿਆਦਾ ਪੀਤੀ ਹੋਈ ਨੇ, ਆਣ ਕੇ ਮਾਰੀ ਤੇ ਉੱਥੋਂ ਦੌੜ ਗਿਆ। ਕਿੰਨੀ ਜ਼ੋਰ ਦੀ ਗੱਡੀ ਵੇਖ ਲਓ, ਉੱਥੇ ਲੱਗੀ ਸਾਰੀ ਭੰਨ ਗਿਆ ਗੱਡੀ। ਗੱਡੀ 'ਚ ਕਿੰਨੇ ਜਣੇ ਸੀ? ਗੱਡੀ 3 ਜਣੇ ਹੀ ਅਸੀਂ। ਫੈਮਿਲੀ ਸੀ ਤੁਹਾਡੀ? ਥੱਲੇ ਖੜੀ ਗੱਡੀ ਉੱਤੇ ਮਾਰਿਆ ਨੇ ਆ ਕੇ। ਟਰੱਕ ਵਾਲੇ ਨੇ ਭਾਜੀ? ਟਰੱਕ ਵਾਲੇ ਨੇ, ਪਿੱਛੇ ਦੋ ਗੱਡੀਆਂ ਠੋਕ ਕੇ ਆਇਆ। ਨੁਕਸਾਨ ਦੀ ਗੱਡੀ ਉਹ ਦੇਖੋ ਖਤਮ ਕਰਤੀ ਪਿੱਛੋਂ, ਉਹ ਗੱਡੀ ਆਲਟੋ। ਨੁਕਸਾਨ ਕਿੰਨਾ ਕੋ ਆ ਭਾਈ? ਉਹ ਦੇਖੋ ਖੜੀ ਹੈ ਗੱਡੀ, ਦੇਖ ਲਓ ਕੋਈ ਜਾਨ ਤੋਂ ਜਾਨੀ ਬਚ ਤੋਂ ਹੈ? ਬਚਾ ਹੋ ਗਿਆ ਭਾਜੀ। ਉਹਨਾਂ ਨੇ ਕੀ ਕੋਈ ਦਾਰੂ ਦੂਰੂ ਪੀਤੀ ਸੀ? ਦਾਰੂ ਭਾਜੀ ਰੱਜਿਆ ਪਿਆ ਤਾਂ ਖੜਿਆ ਨਹੀਂ ਜਾਂਦਾ। ਕਿੰਨਾ ਕੁ ਮਤਲਬ ਕਿੱਥੇ ਕਿੱਥੇ ਐਕਸੀਡੈਂਟ ਹੋਇਆ? ਕਿੱਥੇ ਆ? ਉਹ ਭਾਈ ਪਿੱਛੇ ਆ ਚੌਂਕ ਚ, ਹਨੂਮਾਨ ਚੌਂਕ ਚ ਜਿੱਥੇ ਉਹ ਟੈਂਕੀ ਟੈਂਕੀ ਲੱਗੇ। ਗੱਡੀ ਥੱਲੇ ਖੜੀ ਆ, ਰੋਡ ਤੋਂ ਥੱਲੇ ਖੜੀ ਆ ਭਾਈ, ਗਲੀ ਦੇ ਮੋੜ ਤੇ। ਅੱਛਾ, ਤੁਹਾਡੀ ਫੈਮਿਲੀ ਸੀ? ਹਾਂਜੀ ਭਾਈ, ਫੈਮਿਲੀ ਸੀ, ਬੱਚੇ ਸੀਗੇ ਨਾਲ। ਦੇਖੋ ਗੁੜੀਆ ਸੀਗੀ ਨਾਲ। ਕਿੱਥੋਂ ਆ ਰਹੇ ਸੀ ਭਾਜੀ ਤੁਸੀਂ? ਭਾਈ ਚੌਂਕ ਚੋਂ ਆ ਰਹੇ ਸੀ। ਬਚਾ ਆਈ ਹੈ ਭਾਜੀ? ਭਾਜੀ ਬਚਾ ਆਈ ਆ, ਪਰ ਗੱਡੀ ਕਲਮ ਕਰਤੀ ਸਾਡੇ ਸਾਰੀ ਪਿੱਛੋਂ।